ਦਾ ਸਾਹਮਣਾ ਕਰਦੇ ਕਰਦੇ ਇਹ ਕਈ ਵਾਰੀ ਕੁਝ ਅਜਿਹੀਆਂ ਮੁਸ਼ਕਿਲਾਂ ਦੇ ਵਿੱਚ ਫਸ ਜਾਂਦੇ ਨੇ ਕਿ ਆਉਣ ਵਿੱਚ ਕਈ ਵਾਰ ਦੇਰ ਹੋ ਜਾਂਦੀ ਹੈ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਕੋਈ ਨਾ ਕੋਈ ਮੁਸ਼ਕਿਲ ਇਹਨਾਂ ਦੇ ਸਾਹਮਣੇ ਆਂਦੀ ਹੋਵੇ ਪਰ ਡਟ ਕੇ ਉਹਨਾਂ ਦਾ ਸਾਹਮਣਾ ਵੀ ਕਰਦੇ ਹੋਣ ਪਰ ਮਹਿਮਾਨ ਸਾਡੇ ਕੋਲ ਪਹੁੰਚ ਚੁੱਕੇ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਫੈਸਰ ਲਖਬੀਰ ਸਿੰਘ ਜੀ ਦਾ ਬਹੁਤ ਬਹੁਤ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ ਉਹਨਾਂ ਬਾਰੇ ਅਸੀਂ ਸਾਰੇ ਹੀ ਜਾਣਦੇ ਹਾਂ ਪ੍ਰੋਫੈਸਰ ਲਖਬੀਰ ਸਿੰਘ ਜੀ ਸੰਸਥਾਪਕ ਸੰਸਥਾ ਪਹਿਲ ਸਵਾਗਤ ਕਰਦੇ ਹਾਂ ਤੁਹਾਡਾ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਕਿ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਾਹਮਣਾ ਕਰਦੇ ਹੋ ਸ਼ਾਇਦ ਇਹਨਾਂ ਦਾ ਸਾਹਮਣਾ ਕਰਦੇ ਕਰਦੇ ਕੁਝ ਅਜਿਹੀਆਂ ਪਰਿਸਥਿਤੀਆਂ ਤੁਹਾਡੇ ਸਾਹਮਣੇ ਆ ਜਾਂਦੀਆਂ ਹੋਣਗੀਆਂ ਕਿ ਸਮਝ ਨਹੀਂ ਆਉਂਦਾ ਕਿ ਕਈ ਵਾਰੀ ਅੱਗੇ ਕੀ ਕਰਨਾ ਹੈ ਕਿਉਂਕਿ ਤੁਸੀਂ ਸਾਰੇ ਹੀ ਜਾਣਦੇ ਕਿ ਤੁਸੀਂ ਇੱਕ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਪਰ ਉਸ ਤੋਂ ਇਲਾਵਾ ਵੀ ਤੁਸੀਂ ਬਹੁਤ ਕੰਮ ਕਰਦੇ ਹੋ 17-18 ਘੰਟੇ ਦਿਨ ਦੇ ਵਿੱਚ ਕੰਮ ਕਰਦੇ ਹੋ ਕਿਵੇਂ ਇੰਨਾ ਸਾਰਾ ਕੁਝ ਤੁਸੀਂ ਮੈਨੇਜ ਕਰ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਜ਼ਿੰਦਗੀ ਅਨਮੋਲ ਦੇ ਸੈੱਟ ਦੇ ਉੱਤੇ ਤੁਹਾਡੇ ਨਾਲ ਦੇਸ਼ ਵਿਦੇਸ਼ 'ਚ ਡੀਡੀ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਜਿਵੇਂ ਕਿ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਹਾਂ ਕਿ ਇਹ ਜਿਹੜਾ ਜ਼ਿੰਦਗੀ ਅਨਮੋਲ ਅਜਿਹਾ ਸਲੋਟ ਹੈ ਸਾਡਾ ਜਿਹਦੇ 'ਚ ਜ਼ਿੰਦਗੀ ਦੀ ਗੱਲ ਹੁੰਦੀ ਹੈ ਜ਼ਿੰਦਾ ਦਿਲੀ ਦੀ ਗੱਲ ਹੁੰਦੀ ਹੈ ਜ਼ਿੰਦਗੀ ਨੂੰ ਹਿੰਮਤ ਦੇ ਨਾਲ ਉਸਦਾ ਜਿਹੜੀਆਂ ਜਿੰਨੀਆਂ ਵੀ ਚੁਣੌਤੀਆਂ ਆਉਂਦੀਆਂ ਨੇ ਸਮੱਸਿਆਵਾਂ ਦਰਪੇਸ਼ ਹੁੰਦੀਆਂ ਨੇ ਉਹਨਾਂ ਸਾਰੀਆਂ ਨੂੰ ਹੱਸ ਕੇ ਕਿਵੇਂ ਝੱਲਣਾ ਹੈ ਤੇ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ ਇਸ ਨੂੰ ਕਿਵੇਂ ਸਾਬਤ ਕਰਨਾ ਇਸ ਦੀ ਹੈ ਬਿਲਕੁਲ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਕਿ ਮਹਿਮਾਨ ਸਾਡੇ ਇੱਕ ਹੋਰ ਵੀ ਸਨ ਤੇ ਜਿੰਦਰ ਜੀ ਜਿਹੜੇ ਪਹੁੰਚ ਨਹੀਂ ਪਾਏ ਸ਼ਾਇਦ ਇਹ ਜੀ ਕਿਸੇ ਮੁਸ਼ਕਿਲ ਦਾ ਸਾਹਮਣਾ ਉਹ ਕਰ ਰਹੇ ਹੋਣਗੇ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਅਗਲੇ ਹਫਤੇ ਤੱਕ ਉਹ ਬਿਲਕੁਲ ਤੰਦਰੁਸਤ ਹੋ ਜਾਣ ਤੇ ਜ਼ਿੰਦਗੀ ਅਨਮੋਲ ਦੇ ਵਿੱਚ ਜ਼ਰੂਰ ਪਹੁੰਚ ਸਕਣ ਅਸਲ ਵਿੱਚ ਜਿਹੜੇ ਸਾਡੇ ਕੋਲ ਅੱਜ ਨਾ ਤਜਿੰਦਰ ਸਹਿਗਲ ਹੋਰ ਨਾਲ ਬੜੇ ਯੰਗ ਨੌਜਵਾਨ ਨੇ 25 ਸਾਲ ਦੇ ਜਿਨ੍ਹਾਂ ਦੀਆਂ ਕਿਸੇ ਵਜ੍ਹਾ ਕਰਕੇ ਬਿਜਲੀ ਲੱਗਣ ਨਾਲ ਨਾ 5-6 ਸਾਲ ਦੀ ਉਮਰ ਦੇ ਵਿੱਚ ਦੋਵੇਂ ਬਾਹਾਂ ਜਿਹੜੀਆਂ ਉਹ ਕੱਟਣੀਆਂ ਪਈਆਂ ਸੀ ਪਰ ਅੱਜ ਉਹ ਮਾਸ਼ਾਅੱਲਾ ਬਹੁਤ ਖੂਬਸੂਰਤ ਜ਼ਿੰਦਗੀ ਜੀ ਰਹੇ ਨੇ ਖੈਰ ਤੁਸੀਂ ਗੱਲ ਕੀਤੀ ਕਿ ਮੈਂ ਇਹ ਸਾਰਾ ਕੁਝ ਕਿਵੇਂ ਚਲਾਉਣਾ ਹੈ ਬੁਨਿਆਦੀ ਤੌਰ ਤੇ ਜਿਵੇਂ ਤੁਸੀਂ ਜਾਣਦੇ ਹੋ ਮੈਂ ਡੀਏਵੀ ਕਾਲਜ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਹਾਂ ਉਹਦੇ ਨਾਲ ਨਾਲ ਪਿਛਲੇ 17 ਸਾਲ ਤੋਂ ਇੱਕ ਯੁਵਾ ਕਰਮੀ ਸੰਸਥਾ ਜਿਸ ਦਾ ਨਾਮ ਪਹਿਲ ਹੈ ਉਸ ਨੂੰ ਚਲਾ ਰਹੇ ਹਾਂ ਮੈਂ ਆਪਣਾ ਆਪ ਚਲਾ ਰਿਹਾ ਹਾਂ ਜੀ ਪਰਿਵਾਰ ਚਲਾ ਰਿਹਾ ਹਾਂ ਜੀ ਇੱਕ ਬਹੁਤ ਅੱਛੀ ਨੌਕਰੀ ਪੂਰੇ ਮਾਨਤਾਨ ਨਾਲ ਕਰ ਰਿਹਾ ਹਾਂ ਔਰ ਉਸ ਦੇ ਨਾਲ ਨਾਲ ਜਿਹੜੀ ਜਥੇਬੰਦੀ ਸੰਸਥਾ ਹੈ ਇਸ ਦੇ ਵਿੱਚ ਮੈਂ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਸਾਰੇ ਹੀ ਜ਼ਿੰਦਗੀ ਨਾਲ ਜੁੜੇ ਹੋਏ ਨੇ ਅਸੀਂ ਉਹ ਚਲਾ ਰਹੇ ਹਾਂ ਸਿਹਤ ਬਾਰੇ ਹੈ ਸਿੱਖਿਆ ਬਾਰੇ ਹੈ ਵਾਤਾਵਰਣ ਬਾਰੇ ਹੈ ਔਰ ਸੰਚਾਰ ਬਾਰੇ ਹੈ ਔਰ ਇਹ ਕਾਫੀ ਰਾਸ਼ਟਰੀ ਪੱਧਰ ਉੱਤੇ ਸੰਸਥਾ ਇਸ ਵੇਲੇ ਕੰਮ ਕਰ ਰਹੀ ਹੈ ਜੋ ਤੱਕ ਤੁਸੀਂ ਜਿਹੜੀ ਜ਼ਿੰਦਗੀ ਅਨਮੋਲ ਦੀ ਗੱਲ ਕੀਤੀ ਜਾਂ ਅਸੀਂ ਇਸ ਸੈੱਟ ਦੇ ਉੱਤੇ ਜਿਸ ਮਕਸਦ ਨੂੰ ਲੈ ਕੇ ਬੈਠੇ ਹਾਂ ਅਸਲ ਵਿੱਚ ਸਾਡਾ ਮਕਸਦ ਇਹ ਹੈ ਕਿ ਜ਼ਿੰਦਗੀ ਅਸਲ ਵਿੱਚ ਤਾਂ ਜੀਣ ਦਾ ਨਾਂ ਹੈ ਪਰ ਜਦੋਂ ਅਸੀਂ ਜ਼ਿੰਦਗੀ ਹਾਸਲ ਕਰਦੇ ਹਾਂ ਤਾਂ ਅਸੀਂ ਸੁਪਨਾ ਇਹ ਲੈਂਦੇ ਹਾਂ ਕਿ ਇਹ ਸ਼ਾਇਦ ਹਾਸਾ ਹੀ ਹੁੰਦਾ ਹੈ ਇਹ ਸ਼ਾਇਦ ਫੁੱਲਾਂ ਦੀ ਸੇਜ ਹੈ ਸ਼ਾਇਦ ਇਹਦੇ ਵਿੱਚ ਅਸੀਂ ਇਸ ਤਰ੍ਹਾਂ ਚੱਲ ਰਹੀ ਹੈ ਵੀ ਸਾਨੂੰ ਕੋਈ ਦਿੱਕਤ ਨਹੀਂ ਆਉਣੀ ਪਰ ਜ਼ਿੰਦਗੀ 'ਚ ਜਦੋਂ ਅਸੀਂ ਦਰਪੇਸ਼ ਹੁੰਦੇ ਹਾਂ ਤਾਂ ਉਦੋਂ ਸਾਡੇ ਸਾਹਮਣੇ ਹੰਝੂ ਆਉਂਦੇ ਨੇ ਰੋਜ਼ਾਨਾ ਹੀ ਆਉਂਦੇ ਨੇ ਈਵਨ ਜਦੋਂ ਬੱਚਾ ਤੁਰਨਾ ਸਿੱਖਦਾ ਡਿੱਗਦਾ ਹੈ ਤਾਂ ਰੋਂਦਾ ਹੈ ਅੱਛਾ ਉਸ ਤੋਂ ਬਾਅਦ ਜਦੋਂ ਸਕੂਲ ਜਾਂਦਾ ਹੈ ਤਾਂ ਉਹ ਰੋਂਦਾ ਹੈ ਉਸ ਤੋਂ ਬਾਅਦ ਉਹ ਜਵਾਨੀ 'ਚ ਹੁੰਦਾ ਹੈ ਤਾਂ ਰੋਂਦਾ ਹੈ ਜਦੋਂ ਵਿਆਹ ਹੋ ਜਾਂਦਾ ਹੈ ਆਪਾਂ ਰੋਂਦਾ ਨਹੀਂ ਕਵਾਂਗੇ ਪਰ ਇਸ ਦੇ ਨਾਲ ਨਾਲ ਹੋਰ ਸਾਰੀਆਂ ਕਈ ਤਰ੍ਹਾਂ ਦੀਆਂ ਸਿਹਤ ਦੀਆਂ ਕਈ ਤਰ੍ਹਾਂ ਦੀਆਂ ਸਮਾਜਿਕ ਕਈ ਤਰ੍ਹਾਂ ਦੀਆਂ ਸਿੱਖਿਆ ਦੀਆਂ ਚੁਣੌਤੀਆਂ ਆਉਂਦੀਆਂ ਨੇ ਤੇ ਕਈ ਵਾਰ ਚੁਣੌਤੀਆਂ ਇੰਨੀਆਂ ਵੱਡੀਆਂ ਵੀ ਆ ਜਾਂਦੀਆਂ ਨੇ ਜਿਨ੍ਹਾਂ ਦੇ ਸਾਹਮਣੇ ਜਿਨ੍ਹਾਂ ਨਾਲ ਮੱਥਾ ਲਾਉਣਾ ਜਿਹੜਾ ਉਹ ਬੜੇ ਵੱਡੇ ਜ਼ਿਗਰੇ ਦਾ ਕੰਮ ਹੁੰਦਾ ਹੈ ਬਿਲਕੁਲ ਠੀਕ ਗੱਲ ਹੈ ਇਹੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਇੰਨੀ ਵੱਡੀ ਚੁਣੌਤੀ ਦਾ ਆਪਣੀ ਜ਼ਿੰਦਗੀ ਦੇ ਵਿੱਚ ਸਾਹਮਣਾ ਕਰਦੇ ਹੋ ਤੇ ਬਹੁਤ ਸਾਰੇ ਲੋਕਾਂ ਦਾ ਤੁਸੀਂ ਹੌਸਲਾ ਅਫਜ਼ਾਈ ਵੀ ਬਹੁਤ ਸਾਰੇ ਲੋਕਾਂ ਦੀ ਕਰਦੇ ਹੋ ਕਿਉਂਕਿ ਉਦਾਹਰਣ ਹੋ ਤੁਸੀਂ ਸਾਰਿਆਂ ਲਈ ਤੁਹਾਡੀ ਹਿੰਮਤ ਤੋਂ ਅਸੀਂ ਸਿੱਖਦੇ ਹਾਂ ਤੁਸੀਂ ਸਾਡੇ ਗੁਰੂ ਤੁਹਾਡੇ ਤੋਂ ਬਹੁਤ ਕੁਝ ਅਸੀਂ ਸਿੱਖਦੇ ਹਾਂ ਅੱਜ ਤੁਹਾਡੇ ਤੋਂ ਜਾਣਾਂਗੇ ਕਿ ਵਾਕਈ ਜਦੋਂ ਕੋਈ ਡਾਕਟਰ ਸਾਨੂੰ ਆ ਕੇ ਕਹਿੰਦਾ ਹੈ ਕਿ ਤੁਹਾਨੂੰ ਇਹ ਸਮੱਸਿਆ ਹੈ ਇਹ ਬਿਮਾਰੀ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤੇ ਉਸ ਵੇਲੇ ਜ਼ਿੰਦਗੀ ਰੁਕ ਜਾਂਦੀ ਹੈ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਉਸ ਵੇਲੇ ਦੇਖੋ ਮੈਂ ਕਹਾਂ ਜੀ ਸਮੱਸਿਆ ਇਸ ਤਰ੍ਹਾਂ ਦੀ ਹੈ ਜਿਹੜੀ ਜਿਸ ਬਾਰੇ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਜੀ ਤੇ ਤੁਸੀਂ ਵੀ ਸੋਚ ਰਹੇ ਹੋ ਵੀ ਨਾ ਲਵਾਂ ਕਿ ਨਾ ਲਵਾਂ ਜੀ ਹੈਨਾ ਮਤਲਬ ਕੈਂਸਰ ਇੱਕ ਇਹੋ ਜਿਹੀ ਚੁਣੌਤੀ ਹੈ ਜੀ ਕਿ ਜਿਹਦੇ ਬਾਰੇ ਇੱਕ ਤਾਂ ਸਮਾਂ ਸੀ ਕਿ ਜਦੋਂ ਕਿਸੇ ਨੂੰ ਇਹ ਸ਼ਿਕਾਇਤ ਹੋ ਜਾਂਦੀ ਸੀ ਤੇ ਕਈ ਵਾਰ ਪਿੰਡਾਂ ਦੇ ਵਿੱਚ ਜਿਹੜੇ ਗਵਾਂਢੀ ਹੈ ਉਹ ਘਰ ਛੱਡ ਕੇ ਵੀ ਚਲੇ ਜਾਂਦੇ ਸੀ ਅਸਲ ਵਿੱਚ ਉਹ ਅਗਿਆਨਤਾ ਅਨਪੜ੍ਹਤਾ ਔਰ ਅਚੇਤਨਾ ਤੇ ਸਿਰਫ ਇੱਕ ਵਹਿਮ ਸੀ ਬਹੁਤ ਸਾਰੀਆਂ ਬਿਮਾਰੀਆਂ ਨੇ ਜੀ ਉਹਨਾਂ ਵਿੱਚੋਂ ਕੈਂਸਰ ਵੀ ਇੱਕ ਇਹੋ ਜਿਹੀ ਅਵਸਥਾ ਹੈ
ਜਿਹੜੀ ਜਿਹੜੀ ਕਈ ਬਿਮਾਰੀਆਂ ਨੂੰ ਹੌਲੀ ਹੌਲੀ ਦਾਵਤ ਦੇ ਦਿੰਦੀ ਹੈ। ਮਸਲਨ ਸਰੀਰ ਦੇ ਵਿੱਚ ਜਿਹੜੀ ਤੁਹਾਡੀ ਸੂਖਮ ਸੈੱਲ ਬਣਤਰ ਹੈ ਉਸ ਦੇ ਵਿੱਚ ਇੱਕ ਤਬਦੀਲੀ ਆਉਂਦੀ ਹੈ ਔਰ ਸਰੀਰ ਦੇ ਵਿੱਚ ਜਿਹੜੀ ਖੂਨ ਦੀ ਬੁਨਿਆਦੀ ਸੈੱਲ ਬਣਤਰ ਹੈ ਉਹ ਅਸੰਤੁਲਿਤ ਹੋ ਜਾਂਦੀ ਹੈ और जो असंतुलित हो जाती है शरीर का फिर सारा ही संतुलन बिगड़ जाता है। कई कुछ एक जड़िया अवस्थावां ऐसी जिदे च तां जिहड़ा कैंसर है वह जिहड़ा चुनौतीग्रस्त है उसनू कोई बहुता समा दिंदा नहीं पर क्योंकि साडे समाज च अचेतना है अज्ञानता है जानकारी की घाट है उस करके कई बार साडे इहदे बारे अज भी परंपरातियां पईआं जा रहीआं ने पर अज जिहड़ी डाक्टरी विज्ञान है उसने इन्नी तरक्की कर ली है कि अज काफ़ी सारे कैंसर ऐसे ने जिन्हों का इलाज ही संभव हो गया मतलब जिन्हों के बारे कहते हैं इलाज हो जाता है इदा बहुत सारे कैंसर ने जिन जे ट्रीट हो जाते मतलब इलाज नहीं होंगे पर उन्होंने असी अगे जी जिंदगी है असी सधारण तो वधिया जी सकते हैं। बिल्कुल क्योंकि कई बार होंगे कि जो डॉक्टर कहता है कि नहीं इस मरीज न कैंसर है उस वे इदा लगता है कि बहुत ही ज्यादा नाम मुराद बीमारी है बस हम जिंदगी रुक गई है हम असी अगे नहीं चल सकते रोग मुराद वाले ने बीमारी कोई भी है पहली तो लैके आख तक सारिया ही नामुराद पर हर बीमारी समझने की लोड़ है तो कैंसर जी एह जी बिना शक कैंसर एक भयानक अवस्था जो मैं अपनी गल करा जो तुम मैं सच दसा तो अज मैनू अठवां साल है इस दे नाल दस्त पंजा लैंदिया जिस नाल लड़दिया उस वाहिगुरु अकाल पुरख प्रभु की रहमत है कि मैं तुहाडे सामने इन्ना साबित सबूतों का नज़र आ रहा वा क्योंकि इहदे नाल कई बार अंग कटवाने पैंदे ने कई बार अंग कटवाने पैंदे ने कई बार अपनी सूरत बदलनी पैंदी है पर मैनू इंज लगता मेरे अठ साल का तजर्बा मैनू यह दस रहा है कि तुसी किसी भी अवस्था दे विच अपने आप संतुलित रख सकते हो मतलब जे मैं तुहानूं हुण अज असल गल दसा तो 2011 दे विच मैनूं कैंसर एक बार फिर तो हो गया सी मतलब 2006 विच होया 7 विच मैं पूरी तरह नाल जिहड़ा उस तो मुक्त हो गया उस तो बाद 2011 च दोबारा हो गया और 2012 दे विच इन्ना वध गया कि 2012 च फिर मैनूं काफ़ी भारी इलाज जिहड़ा आल इंडिया मैडिकल इंस्टीट्यूट दिल्ली तो लैना पिया और उस तो बाद उस इलाज ना फिर 2013 तक काफ़ी थले आ गया पर 13 च इलाज चलते चलते वह फिर वधन लग पिया। अच्छा हुण की होया जदों 14 विच जनवरी दे विच नवे साल दे विच दोबारा इन्वेस्टिगेशन हुई तो जिहड़ा वह सी ना कैंसर ਉਹ ਫਿਰ ਵੱਧ ਕੇ ਫਿਰ ਕ੍ਰਿਟੀਕਲ ਹੋ ਗਿਆ। ਹੁਣ ਇਸ ਵੇਲੇ ਮੇਗਾ ਜੀ ਹਾਲਤ ਇਹ ਹੈ ਕਿ ਮੇਰੀਆਂ 2 ਕੀਮੋਥੈਰੇਪੀ ਚੱਲ ਰਹੀਆਂ ਨੇ ਇੱਕ ਹਰ ਹਫ਼ਤੇ ਇੱਕ ਟੀਕਾ ਲੱਗਦਾ ਹੈ ਮੇਰੇ ਜੀ ਔਰ ਇੱਕ ਮੈਨੂੰ ਡੇਲੀ ਕੀਮੋ ਦੀ ਜਿਹੜੀ ਇੱਕ ਦਵਾਈ ਖਾਣੀ ਪੈਂਦੀ ਹੈ ਹੁਣ ਜਦੋਂ ਇਹ ਦੋਵੇਂ ਕੀਮਾਂ ਚੱਲ ਰਹੀਆਂ ਨੇ ਤਾਂ ਮੇਰੀ ਅਵਸਥਾ ਜਿਹੜੀ ਹੈ ਮੈਂ ਜਾਂ ਮੇਰਾ ਰੱਬ ਜਾਣਦਾ। ਬਿਲਕੁਲ ਠੀਕ ਗੱਲ ਹੈ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਈ ਵਾਰ ਇਸ ਤਰ੍ਹਾਂ ਹੁੰਦੀ ਹੈ ਮੈਂ ਕੱਲ ਮੇਰੇ ਬਹੁਤ ਹੀ ਨਿੱਘੇ ਦੋਸਤ ਮੇਰੇ ਕੋਲ ਆਏ ਉਹ ਮੇਰਾ ਪਤਾ ਲੈਣ ਆਏ ਸੀਗੇ ਸਰ ਸੰਗਾਰਾ ਸਿੰਘ ਭੁੱਲਰ ਬਹੁਤ ਅੱਛੇ ਦੋਸਤ ਨੇ ਉਹ ਮੈਨੂੰ ਬੜਾ ਉਤਸ਼ਾਹਿਤ ਕਰਦੇ ਨੇ ਹਮੇਸ਼ਾ ਉਹ ਤੇ ਜਦੋਂ ਆਏ ਤੇ ਮੈਂ ਉਹਨਾਂ ਨੂੰ ਮਿਲ ਕੇ ਤੇ ਕੋਈ ਸੁਨੇਹਾ ਦੇਣ ਲਈ ਮਾੜਾ ਜਿਹਾ ਮੁੜ ਕੇ ਮੁੜਿਆ ਤਾਂ ਮੈਨੂੰ ਇਸ ਗੱਲ ਦਾ ਖਿਆਲ ਨਹੀਂ ਸੀ ਇੱਕਦਮ ਚੱਕਰ ਆਇਆ ਤਾਂ ਮੈਨੂੰ ਸੀਗਾ ਮੈਂ ਹੁਣ ਡਿੱਗ ਜਾਣਾ ਜੇ ਡਿੱਗ ਗਿਆ ਮੈਂ ਤਾਂ ਮੇਰੇ ਦੋਸਤ ਜਿਹੜੇ ਉਹਨਾਂ ਨੂੰ ਤਕਲੀਫ ਹੋਣੀ ਹੈ ਮੈਂ ਕਿਸੇ ਵੀ ਢੰਗ ਨਾਲ ਜਿਹੜਾ ਕੰਧ ਨੂੰ ਹੱਥ ਲਾ ਕੇ ਆਪਣੇ ਆਪ ਨੂੰ ਮੈਂ ਰੋਕ ਲਿਆ ਹੁੰਦਾ ਕੀ ਹੈ ਜਦੋਂ ਇੰਨੀ ਭਾਰੀ ਇਲਾਜ ਚੱਲਦਾ ਹੈ ਮੂੰਹ ਸੁੱਕਦਾ ਹੈ ਗਲਾ ਸੁੱਕਦਾ ਹੈ ਅੰਦਰ ਬਹੁਤ ਤਕਲੀਫਾਂ ਸਿਆਣੀਆਂ ਪੈਂਦੀਆਂ ਹੈ ਸ਼ਾਮ ਦੇ ਵੇਲੇ ਰੋਜ਼ ਮੇਰੇ ਜਿਹੜੇ ਆ ਪੈਰ ਹੈ ਉਹ ਸੁੱਜ ਜਾਂਦੇ ਹੈ फिर शाम नूं बच्चे परिवार मेरी शरीके आत वह मैनूं सारी रात फिर कई बार लत्तां कुट कुट के मैनूं नॉर्मल करदे आ सवेरे फिर मैं उठदा आ तो मैं समाज वास्ते काम करन लई अपने पढ़ाउण दे काम लई तुर पैंदा है मतलब अंदर मैनूं उस इलाज का सारा प्रभाव सहना पैंदा है पर यह गल बदस्तूर है कि इन्नियां भयानक गल्लां सहिंदिआं होइआ वी तुसी बाखूबी तुसी हस सकदे हो इलाज सानू कराने पैंदे इलाज दे दौर तो गुजरना पैंदा पर एक जंग साडे मन नाल हुंदी है मन भी किते ना किते बार बार उहनूं समझाना पैंदा कि तू ठीक है तू खुश रहना है जो हो रहा है वो ठीक हो रहा है परमात्मा जो कर रहा है वो ठीक कर रहा है। बिल्कुल असल विच जदों तुसीं इस चुनौती नूं सामना करना अक्सर कहना हुंदा है कि जिहड़ा इहदे च वड्डी भूमिका तुहाडे मन दी है शरीर दी है पर जदों जिहड़ा मन साडा दिमाग तों सारे संदेश भेजदा जे उह हमेशा पॉजिटिव ते सारू रहि जिस तरह मैं कल्ली शरीर दी गल कीती दूसरी गल परिवार दी है कि परिवार भी हर वेले कंबिया ते डरिया रहिंदा है। अच्छा हुण जे मैं दिल छड्ड गया
परिवार भी यकीन ना दिल छड़ेगा। इस करके मैनू मनोबल हमेशा ही उच्चा रखना पैंदा कि परिवार नू वो सारियां गल्लां जिहड़ियां मैं अंदरों सह रहा मैं परिवार नू दस दसा, मैं हस के सह ताकि जिहड़ा परिवार है वह भी, जे परिवार मजबूत रहिंदा तां कुदरती है मैं मजबूत हां। बिल्कुल ठीक है। और इसे तरह नाल जिहड़ियां समाजिक समस्यावां ने, जो तुसीं बाहर जांदे हो तुहानूं बहुत सारे लोगों के कोलों भी गल्लां सुननियां पैंदियां ने, और जो तुसीं वह गल्लां सुणदे हो उच्चों तुहानूं जदों लोग भी शक दे, जिवें तुसीं गल कीती कि इहनूं नामराद कह दिंदे ने, अच्छा लोग समझदे ने कि बीमारी तां बंदे नूं खा जांदी है, वह मैनूं चार बार हाल पुछदे वैसे ठीक हो लखबीर जी, ठीक हो तुसीं, बिल्कुल ठीक हो, तुहानूं हुण कोई तंगी नहीं। हुण उत्थे मैं तां यकीन नहीं कहिंदा कि बिल्कुल ठीक है, क्योंकि मैं जे तंगी कहांगा तो फिर तंगी मैनूं होण लग पैगी, तंगियां नाल तां मैं लड़ रहा वां, उह सारे चले। और इस तों अगे जिहड़ी आर्थिक जिहड़ी चुनौती आ जांदी है कि तुसी जदों इस तरह की भयानक जंग कर रहे हो, तुसी अपने शरीर नूं सांभना है, तुसी दवाइयां लैनियां, तुसी टीके लगवाने, सब कासे लिए एक बहुत वड्डी आर्थिकता। बिल्कुल, अज तुहाडे तों बहुत कुछ जानना है, इस बारे भी गल करांगे, होर भी बहुत सारे सवाल जिहड़े तुहाडे तों पुछने आ, बहुत कुछ तुहाडे तों सीखना है। प्रोग्राम दा नाम है गल्लां ते गीत, नाल नाल गल्लां भी कर रहे हैं, गीत साडा बिल्कुल तैयार है, जुड़दे हां इस गीत नाल। ਤੁਸੀਂ ਵੇਖ ਰਹੇ ਹੋ ਗੱਲਾਂ ਤੇ ਗੀਤ ਦਾ ਸਾਡਾ ਖਾਸ ਸੈਗਮੈਂਟ ਜ਼ਿੰਦਗੀ ਅਨਮੋਲ। ਪ੍ਰੋਫੈਸਰ ਲਖਵੀਰ ਸਿੰਘ ਜੀ ਨਾਲ ਗੱਲਬਾਤ ਕਰ ਰਹੇ ਹਾਂ, ਇੱਕ ਦਰਸ਼ਕ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਹੈਲੋ, ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ। ਮਿਹਰਬਾਨੀ ਜੀ, ਧੰਨਵਾਦ। ਮੈਂ ਆਪਣੇ ਘਰ ਦੀ ਗੱਲ ਕਰਦਾ ਹਾਂ ਜੀ। ਜ਼ਾਤੀ ਜ਼ਿੰਦਗੀ ਨਾਲ ਹੰਡਾਈ ਹੋਈ 1985 ਦੇ ਵਿੱਚ, ਮੇਰੇ ਵਾਈਫ ਦਾ ਬ੍ਰੈਸਟ ਦਾ ਕੈਂਸਰ ਦਾ ਆਪਰੇਸ਼ਨ ਹੋਇਆ ਸੀ ਜੀ। ਔਰ ਤੁਸੀਂ ਇਸ ਗੱਲ 'ਚ ਹੈਰਾਨ ਹੋਵੋਗੇ ਕਿ ਵੀ ਉਹ ਲਗਾਤਾਰ ਸਕੂਲ ਦੀ ਡਿਊਟੀ ਦਿੰਦੇ ਰਹੇ ਤੇ 2 ਮਹੀਨੇ ਰੈਸਟ ਕੀਤਾ, ਉਸ ਤੋਂ ਬਾਅਦ ਸਕੂਲ ਦੀ ਡਿਊਟੀ ਹੁੰਦੀ ਸੀ। 2005 ਚ ਜਾਣੀ 18 ਸਾਲ ਬਾਅਦ ਉਹਨਾਂ ਦੀ ਡੈਥ ਹੋਈ ਹੈ। ਇੰਨਾ ਚ ਲਗਾਤਾਰ ਦਵਾਈ ਵੀ ਚੱਲਦੀ ਰਹੀ ਹੈ, ਫਮੇਰਾ ਦਵਾਈ ਆਉਂਦੀ ਹੈ ਕੋਈ ਨਾਵਟ ਕੰਪਨੀ ਦੀ, ਉਹ 5-6 ਹਜ਼ਾਰ ਦੀ ਆਉਂਦੀ ਸੀ, ਲੇਕਿਨ ਕਦੇ ਵੀ ਦੇਰ ਛੱਡ ਕੇ ਨਹੀਂ ਸੀ ਬੈਠੇ ਵੀ ਮੈਨੂੰ ਕੈਂਸਰ ਹੋ ਗਿਆ ਸੀ, ਮੇਰਾ ਆਪਰੇਸ਼ਨ ਹੋਇਆ ਆਲ ਇੰਡੀਆ ਮੈਡੀਕਲ ਇੰਸਟੀਟਿਊਸ਼ਨ ਉਹਨਾਂ ਤੋਂ ਉੱਥੋਂ, ਔਰ ਮੈਂ ਹੁਣ ਬਚਣਾ ਨਹੀਂ, ਕਦੇ ਇਹ ਸੋਚਿਆ ਨਹੀਂ ਸੀ ਉਹਨਾਂ ਨੇ, ਇੱਕ ਦਿਨ ਵੀ ਇਹ ਨਹੀਂ ਸੀ ਸੋਚਿਆ ਵੀ ਇਹ ਘਰ ਦਾ ਮੇਰਾ ਸਿਲਸਿਲਾ ਕਿਵੇਂ ਚੱਲੂਗਾ। ਉਹ ਚਲਾਉਂਦੇ ਰਹੇ ਔਰ ਅੱਛੀ ਜਗ੍ਹਾ ਜ਼ਿੰਦਗੀ ਦੇ ਨਾਲ ਜੂਝ ਕੇ ਆਪਣਾ ਕੰਮ ਕਰਦੇ ਰਹੇ।
सेहत के उत्ते भी कोई एडा भैड़ा असर नहीं पिया। हाँ थोड़ा बहुत खाण पीन का संबंध, मैं एक चीज कहना भी एडी वड्डी जिंदगी नू जे ए समझ लिए भी एक ऑपरेशन या एक बीमारी नाल मेरा खात्मा हो जाऊगा, एडी वड्डी जिंदगी नू तां जूझण वास्ते तैयार रखना चाहिए। बड़ी खूबसूरत गल कीती इन्होंने जी। उन्होंने कदे भी सानू ए नहीं निराश महसूस होता निराश हो दिता सी भी ए बीमारी तो बाद तुसी मेरे किवें कटोगे। वह कहिंदे सी तुसी कटोगे बड़े छोटे से, मैं ठीक है मैं बिलकुल ठीक रहा और इन्ने विश्वास नाल वो घर घर काम करते सी घर का काम भी करते सी और मैं समझदा लखवीर सिंह जी तुसी भी बड़े अच्छे इंसान हो कि जिंदगी नू जीउण वास्ते आए हां सी ना कि हर वक्त मरन नू या मौत नू याद रखण वास्ते। बहुत बहुत शुक्रिया जी फोन कॉल करने लई, बाकी बड़ी वधिया इन्होंने गल्लां कीतियां। असि डी डी पंजाबी दी टीम वालों इन्हां दी वाइफ दी गल करी सी, उन्हां नू श्रद्धांजलि दिंदे आ सर और उन्हां दे हौसले दाद दिंदे आ जिहड़े उन्हां नू 4 साल कट्टे ने। बिल्कुल ठीक है। इत्थे जिहड़ी गल उन्हां ने कीती है मैं उत्थे एक खास जिक्र करना चाहां कैंसर दे मुतल्लक ही। आम लोगां दे विच जदों आम कैंसर दी गल चलदी है तां असीं सिर्फ एक गल करदे आ, कैंसर दे नाल संबंधित जिहड़ियां तकलीफां ने ना उन्हां दी गिनती 200 किस्म दे आस पास कैंसरां दी तां लिस्ट सूची बन चुकी है कि ये उन्हां दा नां है। इस तों इलावा जिहड़े कुछ एक कैंसर इहो जिहे ने जिन्हां दा अजे तक सानूं पता नहीं लग रहा कि बंदे नूं की हो रहा, मतलब कई कई चिर इनवेस्टिगेशन जांच ही नहीं हुंदी कि बंदे नूं की हो रहा। इत्थे इह गल जानण दी लोड़ है कि कुछ एक कैंसर ऐसे ने जिन्हां बारे मैडिकल साइंस ने डॉक्टरी विज्ञान ने यह साबित करता कि इलाज हुंदा, जिस तरह इन्हां ने गल कीता है जिहड़ा सतन कैंसर है छातियां दा कैंसर है वह इस वेले जिहड़ा पहली दूजी स्टेज ते अगर पता लगता है तो वह 100% इलाज है, मतलब वह क्योर ही हो जाता है। सानू इस पै तो जो पै है ना वो पै सिर्फ कैंसर दे नां दा है, वैसे कैंसर ठीक हो जाता है। इसे तरह जिहड़ा गिल्टियां दा कैंसर है जिन्हों असीं लिम्फोमा कहने हैं वह भी पहली दूजी स्टेज तक अगर सानू पता लग जाता है तो वह कंट्रोल हो जाता है, वह काबू हो जाता है, उसका भी इलाज हो जाता है। आदमियों का जिहड़ा प्रोस्टेट कैंसर है वह भी ठीक हो जाता है, इसलिए उसका इलाज भी जिहड़ा डॉक्टरी विज्ञान ने पक्का यह सर्टिफिकेट देता कि उसका इलाज पहली स्टेज पर हो जाता है। इस तरह जिहड़ा औरतों का जिहड़ा बच्चेदानी का कैंसर है सर्विस कैंसर है उसका भी इस वक्त इलाज हो जाता है, मतलब क्योर हो जाता है वह। तो इतों तक कि हूँ तो जिहड़ियां यंग साड़ी छोटियां लड़कियां ने उन्हां वास्ते वैक्सीनेशन भी आ गई है जिहड़े सर्विक्स कैंसर वास्ते। सो सानू कैंसर दे मतलब कि यह गल समझण दी लोड़ है कि कैंसर कोई एक चीज़ नहीं, जो किसी नूं सलाह दिंदे आ तां असीं इहनूं इक्को समझ के दे दिंदे आ। हाँ इहदे च जिहड़ा बलबूता है जां जिहड़ी मनोस्थिति आ उह उच्ची रखणी उह सारिआं च इक्को ही है। इक दर्शक इस बारे होर तुहाडे नाल गल करना चाहुंदे ने। हैलो स्वागत करदे आ जी प्रोग्राम च। अमृतसर तो अजे नवे कराया ककड़ा अस्पताल तो अमृतसर तो क्योंकि दादा जी जिंदगी अनमोल है वार बार जिंदगी नहीं हो रही क्योंकि देखो जिवें मैं पहला गल कर ही रहा कि इहदियां किस्मां दा कोई सीमा नहीं है, मतलब 200 किस्म दा 200 दे आस पास किस्म दा कैंसर तां जिहदे नां रखे गए आ पर इस तों वध वी जिन्हां दे अजे तक कोई नां ही नहीं रखे। हाँ यह गल जिहड़ी मैं कर रहा सीगा कि जिहड़ा तुहाडा मनोबल है वह इस इलाज दे विच बहुत वड्डा योगदान पाउंदा। मैं कई वार भी कहिंदा हुंदा कि जिहड़ी ਤੁਹਾਡੀ ਜ਼ਿੰਦਗੀ ਹੈ ਉਹ ਇਸ ਅਵਸਥਾ ਵਿੱਚ ਆਉਣ ਤੋਂ ਬਾਅਦ 80% ਤੁਹਾਡੇ ਮਨੋਬਲ ਤੇ ਹੁੰਦੀ ਹੈ। ਜੇ ਤੁਸੀਂ ਹਮੇਸ਼ਾ ਖੁਸ਼ ਰਹਿੰਦੇ ਹੋ, ਜੇ ਤੁਸੀਂ ਹਮੇਸ਼ਾ ਸਕਾਰਾਤਮਕ ਰਹਿੰਦੇ ਹੋ, ਜੇ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਕੰਮਾਂ 'ਚ ਲਗਾ ਕੇ ਰੱਖਦੇ ਹੋ। ਕਈ ਵਾਰ ਹੋ ਗਿਆ ਬਿਮਾਰ ਹੋ ਗਿਆ ਹੁਣ ਕੰਮ ਹੀ ਨਹੀਂ ਕਰਨਾ, ਮੈਨੂੰ ਬਹੁਤ ਸਾਰੇ ਲੋਕ ਮੈਨੂੰ ਫੜ ਫੜ ਕੇ ਬਿਠਾਉਂਦੇ ਨੇ ਕਿ ਤੂੰ ਘਰ ਬੈਠ ਜਾ, ਤੂੰ ਕੀ ਕਰਦਾ, ਤੂੰ ਬਾਹਰ ਹੀ ਘੁੰਮਦਾ ਰਹਿੰਦਾ, ਤੂੰ ਆਪਣਾ ਧਿਆਨ ਰੱਖ, ਆਪਣੀ ਸਿਹਤ ਦਾ ਖਿਆਲ ਰੱਖ। ਹਾਲਾਂਕਿ ਮੈਂ ਇਹਨਾਂ ਸਾਰੀ ਚੀਜ਼ਾਂ ਬਾਰੇ ਸਮਝ ਕੇ ਇੱਕ ਬੜਾ ਸੰਤੁਲਿਤ ਰਵੱਈਆ ਕਰਕੇ ਬੜੀ ਭਰਪੂਰ ਜ਼ਿੰਦਗੀ ਜੀ ਰਿਹਾ ਇਸ ਦੇ ਬਾਰੇ। ਆਪਣੇ ਮਨੋਬਲ ਦੀ ਤਾਂ ਗੱਲ ਤੁਸੀਂ ਕਰ ਰਹੇ ਹੋ ਕਿ ਮਨੋਬਲ ਜਿਹੜਾ ਹੈ ਮਜ਼ਬੂਤ ਹੋਣਾ ਚਾਹੀਦਾ, ਨਾਲ ਦੀ ਨਾਲ ਪਰਿਵਾਰ ਜਿਹੜਾ ਹੈ ਸਾਡਾ ਸਾਥ ਦੇ ਰਿਹਾ, ਉਹਨਾਂ ਦੇ ਹੌਸਲੇ ਵੀ ਬੁਲੰਦ ਹੋਣੇ ਚਾਹੀਦੇ, ਉਹਨਾਂ ਦਾ ਸਾਥ ਮਜ਼ਬੂਤ ਹੋਣਾ ਚਾਹੀਦਾ ਕਿਉਂਕਿ ਜੇ ਉਹਨਾਂ ਦੇ ਹੌਸਲੇ ਬੁਲੰਦ ਹੋਣਗੇ ਤਾਂ ਹੀ ਇਸ ਔਖੀ ਘੜੀ ਦੇ ਵਿੱਚ
है ना, सारे मिलजुल के इस औखी घड़ी नूं दूर कर सकदे आ। मैं जिवें जिक्र कीता सी कि जदों जिहड़ा उह शाम नूं मेरियां लत्तां जां पैर सुज जांदे आ जां मैनूं होर तकलीफ हुंदी, परिवार तां जान ना जान हुंदा है, चाहे मेरे शरीकी हाथ हरविंदर कौर ने, मेरे बच्चे ने जां मेरे बाकी भैण भरा ने, उह सारे इन्ना साथ दे रहे ने कि उह मैनूं जीण दे विच जां मेरी जिंदगी नूं इस इन्नी उच्च अवस्था च रखण च मैनूं सारिआं दा बहुत वड्डा योगदान हुंदा। मैं इस गल दी गवाह आं, मैं आप इस गल दा देखिआ कि उह सारे तुहाडा बहुत ज्यादा ध्यान रखदे ने। जे इक दर्शक होर तुहाडा गल करना चाहुंदे ने। हैलो, हैलो, स्वागत करदे आं प्रोग्राम च। बीमारी जी है मैं कहना नहीं चाहता वो कैंसर बन के खा जाऊगी। बहुत सारे लोग जेड़े ने खास कर पंजाब यूपी दे विच जेड़े अनपढ़ लोग ने थोड़ी जी बीमारी होंगी और डॉक्टर तो जान की बजाय वो गुरुआ को जाएंगे, किसी डेरे से जाएंगे, किसी और पे जाएंगे। हजारा हजारा मौता इना डेरिया इना बाबिया ने कराइया पंजाब दे विच यूपी दे विच। मैं हाथ जोड़ के बेनती करना कि जदों भी तुहानू कोई तकलीफ होवे डॉक्टर को जाओ। मेरा एक दोस्त हूं मरण के किनारे पे आ, जो मैं उन्होंने कहना सी भरावा तू डॉक्टर को जा, पैसा मैं देना, तू मेरे डॉक्टर को जा। फिर उसकी लत कटी गई, अज पता नहीं किन्ने के किन्ने दिन वो कटूगा। उसका इको कसूर सी कि डॉक्टर को नहीं गया, वो मस्जिद में गया, कदे अजमेर चले जाए, किसी मस्जिद में चले के गुरु को चले गए। नतीजा है कि पता नहीं कल कल खबर आ जाए कि परसों आ जाए। मेरा कहने का मतलब है कि इन्हें गुरुआ नु छो, तुम जाओ तो डॉक्टर को जाओ, वो ही गुरु है तो वो रब है, उन्हें डेरे वाले ने तो पैसे कमाने ने तो बेवकूफ बनाना तुम। थैंक यू, बहुत बहुत शुक्रिया जी फोन करने का। बड़े दोस्त गल इन्होंने की है, असल च ये गल केवल अनपढ़ लोगों की नहीं है। मैं बहुत और पढ़े लिखे लोगों मेगा जी ऐसा देखा है कि जो उन्होंने कोई छोटी मोटी तकलीफ होंगी है तो यह अक्सर गल तुम भी करते सुने हो गए कि वह कहें भी जे डॉक्टर हो गया तो डॉक्टर वहम पा देगा। अवस्था जो अंग शरीर कोई गिल्टियां कोई सोजिश कोई दर्द जे जम रोज नामचा दिया रोजमर्रा दिया गल्लां ने तब्दीली आउंदी है, जो नैचुरल काज असीं जंगल पानी जाना है उहदी अवस्था दे विच तब्दीली आउंदी है तां सानूं उहनूं कदी वी नज़रअंदाज नहीं, जिहड़ा कहिंदे असीं नज़रअंदाज कर दिंदे आ, सानूं नज़रअंदाज नहीं करना चाहिए, सानूं भुलना नहीं चाहिए। असल विच उह शरीर साडा उदों घंटी वजा रहा हुंदा है कि मैनूं देखो, बिल्कुल ठीक है, मैनूं देखो। जे असीं वक्त नाल देख लैंदे आ तां असीं मतलब बच सकदे आ। परमात्मा अगे अरदास करनी चंगी क्योंकि उस परमात्मा दे साथ दे नाल ही असीं मुश्किल ते औखी घड़ी नूं दूर करदे आ। इहनां नूं दूर करके असी अपनी जिंदगी नूं सोहनी तरीके नाल जीने आ, पर बिल्कुल भी असी कह दिए कि असी इलाज नहीं कराना ते फिर वो संभव नहीं, संभव नहीं। अपनी गल्लां बातां इस तरह करदे रहांगे, जुड़दे आ इस गीत नाल।
ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ ਦਾ ਖਾਸ ਸੈਗਮੈਂਟ ਜ਼ਿੰਦਗੀ ਅਨਮੋਲ। ਇੱਕ ਦਰਸ਼ਕ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਚ। ਹੈਲੋ ਹੈਲੋ, ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਚ। ਦਰਸ਼ਨ ਸਿੰਘ ਜੀ ਬੋਲ ਰਹੇ ਹਾਂ। ਹਾਂਜੀ ਹਾਂਜੀ, ਮੈਂ ਦਰਸ਼ਨ ਸਿੰਘ ਬੋਲ ਰਿਹਾ ਜੀ ਫੇਸਬੁੱਕ ਤੋਂ ਜੀ। ਦੂਸਰਾ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ। ਮੈਂ ਆਪਦੇ ਐਕਸਪੀਰੀਅੰਸ ਤੋਂ ਦੱਸ ਰਿਹਾ ਜੀ। ਮੈਂ ਪਿਛਲੇ ਲੰਮੇ 10 ਸਾਲ ਤੋਂ ਸਵੇਰ ਦਾ ਖਾਣਾ ਖਾਣਾ ਸਿਰਫ ਸ਼ਾਮ ਦਾ ਖਾਣਾ ਨਹੀਂ ਖਾਂਦਾ। ਮੇਰੀ ਆਦਤ ਆ ਵੀ ਮੈਂ ਨਾ ਜ਼ਿੰਦਗੀ ਜਿਉਣ ਲਈ ਸਿਹਤ ਜ਼ਰੂਰੀ ਆ, ਬਹੁਤ ਵਧੀਆ। ਮੇਰੀ ਕੋਈ ਸਿਹਤ 'ਚ ਪਰਿਵਰਤਨ ਹੈ ਨਹੀਂ ਗਾ। ਮੇਰੀ 55 ਸਾਲ ਦੀ ਉਮਰ ਆ ਤੇ ਬਹੁਤ ਵਧੀਆ ਮੈਂ ਜ਼ਿੰਦਗੀ ਬਤੀਤ ਕਰ ਰਿਹਾ ਤੇ 12 ਘੰਟੇ ਮੈਂ ਡੇਲੀ ਕੰਮ ਕਰ ਰਿਹਾ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਇੰਨੀ ਖੂਬਸੂਰਤ ਜ਼ਿੰਦਗੀ ਲਈ ਅਸੀਂ ਮੁਬਾਰਕ ਦਿੰਦੇ ਹਾਂ ਜੀ। ਜੇ ਇਸ ਤੋਂ ਪਹਿਲਾਂ ਜਿਸਾ ਗੀਤ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਬਹੁਤ ਸਾਰੇ ਜਿਹੜੇ ਲੋਕ ਹੈ ਉਹ ਡਾਕਟਰ ਕੋਲ ਇਸ ਲਈ ਨਹੀਂ ਜਾਂਦੇ ਕਿਉਂਕਿ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੁੰਦੇ ਆ। ਪਰ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਸ਼ਾਇਦ ਇਸ ਲਈ ਵੀ ਨਹੀਂ ਜਾਂਦੇ ਕਿ ਜੇ ਅਸੀਂ ਡਾਕਟਰ ਕੋਲ ਜਾਵਾਂਗੇ ਤੇ ਇੰਨਾ ਪੈਸਾ ਅਸੀਂ ਕਿੱਥੋਂ ਲੈ ਕੇ ਆਵਾਂਗੇ। ਜੇ ਕੈਂਸਰ ਵਰਗੀ ਬਿਮਾਰੀ ਸਾਨੂੰ ਹੋ ਗਈ ਤੇ ਸ਼ਾਇਦ ਆਪਰੇਸ਼ਨ ਵੀ ਕਰਾਉਣਾ ਪਏ, ਹੋ ਸਕਦਾ ਜ਼ਮੀਨਾਂ ਜਾਇਦਾਦਾਂ ਵੀ ਵੇਚਣੀਆਂ ਪੈਣ। ਅਸੀਂ ਕਿਸ ਤਰ੍ਹਾਂ ਇੰਨਾ ਕੁਝ ਕਰਾਂਗੇ ਸ਼ਾਇਦ ਇਸ ਡਰ ਤੋਂ ਉਹ ਡਾਕਟਰ ਕੋਲ ਨਹੀਂ ਜਾਂਦੇ। ਮੈਂ ਜੀ ਗੱਲ ਕਿਸੇ ਪੱਧਰ ਤੇ ਤਾਂ ਬਿਲਕੁਲ ਦਰੁਸਤ ਹੈ। ਕੈਂਸਰ ਇੱਕ ਇਹੋ ਜਿਹੀ ਅਵਸਥਾ ਹੈ ਕਿ ਜਿਹੜੀ ਕਿਸੇ ਬੰਦੇ ਦੇ ਲੜਨ ਦੇ ਵਸ ਦੀ ਗੱਲ ਨਹੀਂ ਹੈ। ਇਹਦੇ ਚ ਖਰਚ ਦੀ ਕੋਈ ਵੀ ਸੀਮਾ ਨਹੀਂ ਹੈ। ਜੇ ਅਸੀਂ ਕਹੀਏ ਵੀ ਕਰੋੜਾਂ ਖਰਚ ਆਉਂਦਾ ਹੈ ਤੇ ਉਹ ਵੀ ਸੱਚ ਹੈ, ਜੇ ਹਜ਼ਾਰਾਂ ਆਉਂਦਾ ਤਾਂ ਉਹ ਵੀ ਸੱਚ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਜੇ ਕੈਂਸਰ ਸ਼ੁਰੂਆਤੀ ਦੌਰ ਵਿੱਚ ਪਤਾ ਲੱਗ ਜਾਂਦਾ ਤਾਂ ਬਹੁਤ ਥੋੜੇ ਖਰਚ ਦੇ ਨਾਲ ਉਸਦਾ ਇਲਾਜ ਹੋ ਜਾਂਦਾ ਹੈ ਔਰ ਬੰਦਾ ਸਧਾਰਨ ਜ਼ਿੰਦਗੀ, ਜ਼ਮੀਨਾਂ ਜ਼ਿਆਦਾ ਔਰ ਘਰ ਵੇਚਣ ਦੀ ਨੌਬਤ ਨਹੀਂ ਆਉਂਦੀ। ਜੇ ਮੈਂ ਆਪਣਾ ਤਜਰਬਾ ਦੱਸਾਂ ਤਾਂ ਮੇਰੇ ਮਤਲਬ ਮੌਕਾ ਮਿਲਿਆ ਐਸਾ ਕਿ ਜਿਹੜਾ ਮੇਰੇ ਕੋਲ ਕੈਂਸਰ ਹੈ ਉਹ ਕਾਫੀ ਗੰਭੀਰ ਤੇ ਚਿੰਤਾਜਨਕ ਕੈਂਸਰ ਹੈ ਜਿਸਦਾ ਇਲਾਜ ਨਹੀਂ ਹੈ ਜੀ। ਔਰ ਇਹਦਾ ਮੈਂ ਜਿੰਨੀ ਵੀ ਲੰਬੀ ਜ਼ਿੰਦਗੀ ਜੀਣੀ ਹੈ ਮੈਨੂੰ ਬਹੁਤ ਵੱਡਾ ਮਤਲਬ ਪੈਸੇ ਦੇ ਸਮਤੁਲ ਹੀ ਜ਼ਿੰਦਗੀ ਜੀਣੀ ਪੈਣੀ ਹੈ। ਮੇਰਾ ਅੱਜ ਜਿਹੜਾ ਇਲਾਜ ਚੱਲ ਰਿਹਾ ਮੇਰਾ ਤਕਰੀਬਨ 1.5 ਤੋਂ 2 ਲੱਖ ਰੁਪਏ ਮਹੀਨੇ ਦਾ ਖਰਚ ਹੈ ਔਰ ਇਹ ਖਰਚ ਪਿਛਲੇ 18 ਮਹੀਨੇ ਤੋਂ ਇਸ ਤਰ੍ਹਾਂ ਚੱਲ ਰਿਹਾ ਹੈ। ਜਿਹੜਾ ਮੈਂ ਪਿਛਲੇ 8 ਸਾਲਾਂ 'ਚ ਖਰਚ ਕੀਤਾ ਹੈ ਉਹ ਖਰਚ ਜੇ ਮੈਂ ਦੱਸਾਂ ਤਾਂ ਮੈਨੂੰ ਆਪ ਨੂੰ ਦੱਸਦਿਆਂ ਵੀ ਬੜਾ ਅਜੀਬ ਲੱਗਦਾ ਹੈ ਕਿ ਮੈਂ ਕੋਈ 90 ਲੱਖ ਦੇ ਆਸ ਪਾਸ ਇਸ ਸਰੀਰ ਨੂੰ ਸਾਂਭਣ ਵਾਸਤੇ ਲਗਾ ਚੁੱਕਾ ਹੈ। ਪਰ ਉਸਦਾ ਅਰਥ ਇਹ ਨਹੀਂ ਹੈ ਕਿ ਇੰਨਾ ਪੈਸਾ ਮੈਂ ਇਸ ਕੰਮ ਲਈ ਰੱਖਿਆ ਹੋਇਆ ਸੀ ਜਾਂ ਪਿਆ ਸੀਗਾ। ਮੈਨੂੰ ਪਤਾ ਨਹੀਂ ਕਿੰਨੇ ਪਾਪੜ ਵੇਲਣੇ ਪੈ ਰਹੇ ਹੈ। ਬੰਦਾ ਜੀਣ ਲਈ ਕੀ ਨਹੀਂ ਕਰਦਾ? ਜਦੋਂ ਮੈਨੂੰ ਇਹ ਅੱਛਾ ਲੱਗ ਰਿਹਾ ਕਿ ਜ਼ਿੰਦਗੀ ਜੀਣਾ ਬਹੁਤ ਜ਼ਬਰਦਸਤ ਹੈ, ਜ਼ਿੰਦਗੀ ਅਨਮੋਲ ਹੈ, ਤਾਂ ਜ਼ਿੰਦਗੀ ਦੀ ਕੋਈ ਕੀਮਤ ਹੀ ਨਹੀਂ ਹੈ ਨਾ। ਮੈਂ ਉਹਦੀ ਕਰੋੜਾਂ ਜਾਂ ਅਰਬਾਂ ਨਾਲ ਵੀ ਨਹੀਂ ਤੋਲਿਆ ਜਾ ਸਕਦਾ। ਫਿਰ ਉਸ ਅਨਮੋਲ ਜ਼ਿੰਦਗੀ ਨੂੰ ਹਾਸਲ ਕਰਨ ਲਈ ਜਦੋਂ ਪੈਸੇ ਦਾ ਪ੍ਰਬੰਧ ਕਰਨਾ ਉਹ ਜਿੱਥੋਂ ਵੀ ਜਿਸ ਵੀ ਢੰਗ ਨਾਲ ਕਰਨਾ ਪੈਂਦਾ ਹੈ, ਅਗਰ ਉਹ ਤੁਹਾਨੂੰ ਆਪਣਾ ਕੁਝ ਸਮਾਨ ਵੇਚਣਾ ਪੈਂਦਾ, ਆਪਣੀ ਜਾਇਦਾਦ ਵੇਚਣੀ ਪੈਂਦੀ ਹੈ, ਤੁਹਾਨੂੰ ਕਰਜ਼ੇ ਚੁੱਕਣੇ, ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ। ਪਰ ਇਸ ਗੱਲ ਤੋਂ ਡਰ ਕੇ ਘਰ ਬੈਠ ਜਾਣਾ ਕਿ ਖਰਚ ਕਿੰਨਾ ਕੁ ਆਏਗਾ ਇਹ ਕੋਈ ਸਿਆਣਪ ਨਹੀਂ ਹੈ, ਇਹ ਗਲਤੀ ਹੈ। ਜਦੋਂ ਅਸੀਂ ਤੁਰ ਪੈਂਦੇ ਹਾਂ ਤਾਂ ਸਬੱਬ ਆਪਣੇ ਆਪ ਹੀ, ਜਦੋਂ ਹਿੰਮਤ ਨਾਲ ਤੁਰਦੇ ਹਾਂ ਨਾ ਸਬੱਬ ਬਣਦੇ ਨੇ, ਜਾਂ ਤੁਹਾਡੇ ਕੋਲ ਬਹੁਤ ਸਾਰੀ ਸਮਝ ਦੀਆਂ ਜਿਹੜੀਆਂ ਤਣਾਵਾਂ ਨੇ ਨਾ ਉਹ ਜਾਗਰੂਕ ਹੁੰਦੀਆਂ ਨੇ ਤੁਹਾਡੇ ਮਨ ਦੇ ਅੰਦਰ ਕਿ ਤੁਸੀਂ ਇਸ ਇੰਨੀ ਭਿਆਨਕ ਜੰਗ ਨੂੰ ਲੜਨ ਲਈ ਕਿੱਥੋਂ ਕਿੱਥੋਂ ਪ੍ਰਬੰਧ ਕਰਨਾ। ਇਸ ਗੱਲ ਤੋਂ ਵੀ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਜਦੋਂ ਇੱਕ ਦਰਵਾਜ਼ਾ ਬੰਦ ਹੁੰਦਾ ਤਾਂ ਕਿਤੇ ਨਾ ਕਿਤੇ 2 ਦਰਵਾਜ਼ੇ ਹੋਰ ਖੁੱਲ ਜਾਂਦੇ ਖੁੱਲ ਵੀ ਨੇ। ਅੱਛਾ, ਇਸ ਕਰਕੇ ਸਾਨੂੰ, ਮੈਂ ਤਾਂ ਇਹ ਚਾਹੁੰਦਾ ਕਿ ਕਿਸੇ ਵੀ ਬੰਦੇ ਨੂੰ ਇਹ ਸੋਚ ਕੇ ਕਿ ਇਲਾਜ ਲਈ ਪੈਸੇ ਨਹੀਂ ਜੁੜਨਗੇ ਘਰ ਨਹੀਂ ਬੈਠਣਾ ਚਾਹੀਦਾ। ਅੱਜ ਬਹੁਤ ਸਾਰੀਆਂ ਸਭਾ ਸੁਸਾਇਟੀਆਂ, ਹਾਲਾਂਕਿ ਸਰਕਾਰਾਂ ਇਸ ਪਾਸੇ ਕਾਫੀ ਅੱਖ ਮਿੱਟੀ ਬੈਠੀਆਂ ਨੇ, ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਇਹ ਸਰਕਾਰਾਂ ਦੇ ਹੀ ਵੱਸ ਦੇ ਰੋਗ ਨੇ। ਆਪਣੀਆਂ ਸਕੀਮਾਂ, ਪਾਲਸੀਆਂ, ਨੀਤੀਆਂ ਇੰਨੀਆਂ ਖੁੱਲ੍ਹਣੀਆਂ ਚਾਹੀਦੀਆਂ, ਖਾਸ ਕਰ ਕੈਂਸਰ ਦੀ ਅਵਸਥਾ ਵਿੱਚ ਜਿਹੜੀ ਆ ਇਹ ਗੱਲ ਨਹੀਂ ਹੋਣੀ ਚਾਹੀਦੀ, ਜਾਂ ਐਸੇ ਲੋਕ ਜਿਹੜੇ ਲੰਬੇ ਸਮੇਂ ਤੋਂ ਲੜਨੇ ਉਹਨਾਂ ਦੇ ਘੱਟੋ ਘੱਟ ਟੈਕਸ ਵਗੈਰਾ ਹੀ ਸਾਰੇ ਮਾਫ਼ ਹੋ ਜਾਣ ਔਰ ਉਹਨਾਂ ਨੂੰ ਫਿਰ ਜਿੱਥੋਂ ਵੀ ਰਾਹਤ ਮਿਲ ਸਕਦੀ ਹੈ ਉਹਨੂੰ ਦਿੱਤੀ ਜਾਵੇ, ਬਿਨਾਂ ਕਿਸੇ ਸੰਕੋਚ ਦਿੱਤੀ ਜਾਵੇ। ਇੱਕ ਦਰਸ਼ਕ ਇਸ ਬਾਰੇ ਹੋਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ। ਹੈਲੋ ਹੈਲੋ ਮੈਡਮ, ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਬੇਨਤੀ ਕਰਨੀ ਚਾਹੁੰਦਾ ਸੀ ਵੀ ਜਿਹੜਾ ਮਨੁੱਖ ਹੈ ਨਾ ਜੀ, ਇਹ ਵਾਕਈ ਜ਼ਿੰਦਗੀ ਬੜੀ ਅਨਮੋਲ ਹੈ ਜੀ, ਔਰ ਜਿਹੜੀਆਂ ਵੀ ਉਹ ਮੁਸ਼ਕਲਾਂ ਪੈਦਾ ਕਰਦਾ ਉਹ ਆਪ ਖੁਦ ਕਰਦਾ। 98% ਮਨੁੱਖ ਆਪਣੇ ਅੱਗੇ ਆਪ ਹੀ ਮੁਸ਼ਕਲਾਂ ਖੜੀਆਂ ਕਰਦਾ। ਅੱਜ ਗੱਲ ਹੋ ਰਹੀ ਹੈ ਕੈਂਸਰ ਦੀ ਔਰ ਅਨੇਕਾਂ ਬਿਮਾਰੀਆਂ ਦੀ, ਜਿਹਦੇ ਨਾਲ ਅਨਮੋਲ ਜਿੰਦੜੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਖਰਾਬ ਹੋ ਰਹੀਆਂ ਨੇ। ਉਹਦਾ ਕਸੂਰਵਾਰ ਕੌਣ ਹੈ? ਕਸੂਰਵਾਰ ਉਹਦਾ ਖੁਦ ਅਸੀਂ ਹਾਂ ਜਿਨ੍ਹਾਂ ਨੇ ਪਾਣੀ ਖਰਾਬ ਕਰਤਾ, ਕਿਸਾਨ ਨੇ ਖੁਰਾਕ ਖਰਾਬ ਕਰ ਦਿੱਤੀ ਤੇ ਇੰਡਸਟਰੀ ਨੇ ਜਿਹੜੀ ਉਹ ਹਵਾ ਖਰਾਬ ਕਰਤੀ, ਜਿਹਦੇ ਨਾਲ ਅਨੇਕਾਂ ਬਿਮਾਰੀਆਂ ਕੈਂਸਰ ਵਰਗੀਆਂ ਤੇ ਖਾਸ ਕਰਕੇ ਮਾਲਵੇ ਦੀ ਪੱਟੀ ਜਿਹੜੀ ਹੈ ਉਹ ਸਾਰੀ ਕੋਈ ਬਿਮਾਰ ਪਈ ਹੈ ਕੈਂਸਰ ਦੇ ਨਾਲ। ਤੇ ਹੋ ਸਕੇ ਵੀ ਚੋਰ ਨੂੰ ਨਾ ਮਾਰਿਆ ਜਾਏ, ਚੋਰ ਦੀ ਮਾਂ ਨੂੰ ਮਾਰਿਆ ਜਾਵੇ, ਇਹਨਾਂ ਚੀਜ਼ਾਂ ਨੂੰ ਦੂਰ ਕੀਤਾ ਜਾਵੇ। ਮੈਂ ਦੂਜੀ ਗੱਲ ਕਰਨੀ ਚਾਹੁੰਦਾ ਸੀ, ਪਹਿਲਾਂ ਜਿਹੜੀਆਂ ਅਨਮੋਲ ਜਿੰਦੜੀਆਂ ਸੀ ਉਹ ਅਪਾਹਜ ਪੈਦਾ ਹੁੰਦੀਆਂ ਸੀ,
पर टेक्नोलॉजी युग आने के नाल अपाज जी गिनती सी उहदे च नफरत बड़ी घटी है, वह सिर्फ एक टेक्नोलॉजी की सहायता नाल घटी है। इस करके सानू जी अजकल टेक्नोलॉजी है जिहदे नाल खुराक पानी हवा ना खराब होवे उसकी सानू सही ढंग नाल ही वरतों करनी चाहिए है। बिल्कुल दुरुस्त कहा इन्होंने कि अज जी अवस्था साढ़े को बीमारियां दी है उहदे च बहुत सारा साडा योगदान है। अगर असी रसायणा की वरतों असी जिहड़ा धूआं है जां जिहड़े वहीकल है उन्हां दा है जां सनत है उन्हां दे वल असी ध्यान दईए। और दूसरी सब तो वड्डी गल जिहड़ी कि जे असी वातावरण नूं बहुत मैं अक्सर गल करदा हुंदा आ कि जे असी धरती ते रुख ही वधा दईए ना इहनूं हरिया भरिया कर दईए तो बहुत सारे कैंसर अपने आप ही भज जाणगे। तो सानूं वातावरण दा सानूं अपनी सनत दा जिन्ने रसायण है उन्हां दा खेती च वरते जाण वाले रसायण है इहदा जिहड़े जिहड़े जेनेटिकली मोडीफाइड फूड है जिहड़े असी अज नवें भोजन बड़े वधिया वधिया तटफट बना लए ने उन्हां दा सानूं जिहड़ा फास्ट फूड है उस तों बचना चाहीदा है। और सानूं जिहड़ी कुदरती जीवन शैली ते कुदरती खुराक है उस वल ध्यान देना कुदरती जिंदगी। और एक गल ख्याल जब घर तो चल पाए हो दोस्तों मुश्किलों से औकड़ा तो ना डरो, जब रुको तो नक्श बन के, जब चलो तो रोशनी बन के चलो, मतलब जब रोशनी बन के जिंदगी जियोगे तो माशाल्लाह जिंदगी तुहाडा स्वागत करेगी। बिल्कुल ठीक गल है, जिस तरह इन्नी सकारात्मक ऊर्जा कि तुहाडे नेड़े लग के सानू भी उस ऊर्जा का एहसास हुंदा है कि अपने आप नू असीं सकारात्मक महसूस करदे हां। तुसीं साडे स्टूडियो दे विच आए, बहुत वधिया गल्लां कीतीआं, बहुत बहुत तुहाडा शुक्रिया, धन्नवाद। ते दर्शकां नू जांदे जांदे जी कल दा विशा भी दस दईए, कल दी गलबात दा विशा तुसीं नोट कर लो। फोन नंबर जो रहन के जी 0818-281-4200 0818-281-4200। ते कल दा विशा साडा रहेगा आयुर्वेद ते आम आदमी, माहिर मेहमान डॉक्टर हरवीन कौर जी। ते अज दा इह प्रोग्राम इत्थे खत्म करन दी मैनूं मेगा नूं दे दो इजाजत, शुक्रिया।